ਤੇ ਬਾਗੀ ਵਿਧਾਇਕ ਕੰਵਰ ਸੰਧੂ ਨੇ ਵੀ ਮੋੜ ਮੰਡੀ ਧਮਾਕੇ ਦੀ ਜਾਂਚ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਾਕਆਊਟ ਦਾ ਸਮਰਥਨ ਕੀਤਾ। ਕੰਵਰ ਸੰਧੂ ਨੇ ਕਿਹਾ ਕਿ ਸਰਕਾਰ ਇਸ ਧਮਾਕੇ ਦੀ ਜਾਂਚ ਪ੍ਰਤੀ ਗੰਭੀਰ ਨਹੀਂ ਹੈ। ਇਸ ਦੇ ਨਾਲ ਹੀ ਕੰਵਰ ਸੰਧੂ ਨੇ ਆਉਣ ਵਾਲੀਆਂ ਚੋਣਾਂ ਦੌਰਾਨ ਵੀ ਅਜਿਹਾ ਹੀ ਧਮਾਕਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਜਦ ਤੱਕ ਮੋੜ ਮੰਡੀ ਧਮਾਕੇ ਦੇ ਆਰੋਪੀ ਖੁੱਲ੍ਹੇਆਮ ਬਾਹਰ ਘੁੰਮਣਗੇ, ਪੰਜਾਬ ਨੂੰ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ। ਚੋਣਾਂ ਤੋਂ ਠੀਕ ਪਹਿਲਾਂ ਮੇਰੇ ਖਿਆਲ 3 ਦਿਨ ਰਹਿ ਗਏ ਸੀ, 31 ਜਨਵਰੀ ਨੂੰ 4 ਦਿਨ ਪਹਿਲਾਂ ਮੋੜ ਦੇ ਵਿੱਚ ਬਲਾਸਟ ਹੋਇਆ ਔਰ ਉਹ ਸਾਡੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸੀ। ਉਹਨਾਂ ਕਿਹਾ ਜੀ ਵੀ ਇਹਨਾਂ ਦੇ ਵੱਖਵਾਦੀਆਂ ਨਾਲ ਇਹਨਾਂ ਦੇ ਸੰਪਰਕ ਆ ਔਰ ਇਹਨਾਂ ਲੋਕਾਂ ਨੇ ਵੋਟ ਜਿਹੜਾ ਵਾ ਬੰਬ ਬਲਾਸਟ ਕਰਾਇਆ ਵਾ ਸਾਡੀ ਵੋਟ ਖਰਾਬ ਕਰਨ ਵਾਸਤੇ ਔਰ ਉਹਦਾ ਅਸਰ ਵੀ ਹੋਇਆ। ਇਹਦੇ 'ਤੇ ਇੱਕ ਟਾਈਮ ਬਾਊਂਡ SIT ਵੱਲੋਂ ਅਸੀਂ ਇਨਕੁਆਇਰੀ ਦੀ ਮੰਗ ਕਰਦੇ ਹਾਂ। ਇਹ ਇਸ ਕਰਕੇ ਅਸੀਂ ਮਸਲਾ ਦੁਬਾਰਾ ਚੁੱਕ ਰਹੇ ਹਾਂ ਕਿ 2017 ਤੋਂ ਬਾਅਦ ਹੁਣ 2019 ਦੀਆਂ ਚੋਣਾਂ ਆ ਗਈਆਂ, ਸਾਨੂੰ ਖਦਸ਼ਾ ਵਾ ਕਿ ਕੋਈ ਇਸੇ ਤਰ੍ਹਾਂ ਦਾ ਹੀ ਜੁਮਲਾ, ਇਸੇ ਤਰ੍ਹਾਂ ਦੀ ਕਾਨੂੰਨੀ ਹਰਕਤ ਫਿਰ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਵਾ ਆਪਣੇ ਕੁਝ ਮਿਲੇ ਹੋਏ ਲੋਕਾਂ ਦੇ ਨਾਲ ਸ਼ਰਾਰਤੀ ਅੰਸਰਾਂ ਦੇ ਨਾਲ ਉਹ ਫਿਰ ਕਰ ਸਕਦੇ ਹਾਂ। ਸੋ ਅਸੀਂ ਦੁਬਾਰਾ ਅੱਜ ਮੰਗ ਕਰਦੇ ਹਾਂ ਕਿ ਇਹਦੇ 'ਤੇ ਇੱਕ ਟਾਈਮ ਬਾਊਂਡ SIT ਦਾ ਛੇਤੀ ਤੋਂ ਛੇਤੀ ਗਠਨ ਕੀਤਾ ਜਾਵੇ।